ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਤੱਕ ਦੀਆਂ ਵੀਡੀਓ ਚੱਲੋ ਸੀਗੀਆਂ ਕ੍ਰਾਈਮ ਡਾਕੂਮੈਂਟਰੀਜ਼ ਜਾਂ ਕ੍ਰਾਈਮ ਸਟੋਰੀਆਂ ਤੁਸੀਂ ਸੁਣੀਆਂ ਨੇ ਅੱਜ ਮੈਂ ਕੈਨੇਡਾ ਦਾ ਉਹ ਸੱਚ ਤੁਹਾਡੇ ਸਾਹਮਣੇ ਰੱਖਣ ਲੱਗਿਆ ਇਹਦੇ 'ਚ ਮੈਂ ਕੋਈ ਕੈਨੇਡਾ ਨੂੰ ਬਦਨਾਮ ਨਹੀਂ ਕਰਨ ਲੱਗਿਆ ਵੀ ਕੈਨੇਡਾ ਹਨਾ ਇਦਾਂ ਜਾਂ ਕੁੜੀਆਂ ਦੀ ਸੇਫਟੀ ਨੂੰ ਲੈ ਕੇ ਪਰ ਜੋ ਸੱਚ ਆ ਉਹ ਸੱਚ ਆ ਸਾਡੀ ਕਮਿਊਨਿਟੀ ਇਸ ਪੱਖੋਂ ਬਹੁਤ ਘੱਟ ਜਾਣ ਹੋ ਗਈ 1% ਮੈਨੂੰ ਵੀ ਨਹੀਂ ਪਤਾ ਸੀ ਅੱਜ ਗੱਲ ਕਰਾਂਗੇ ਕੈਨੇਡਾ ਦੇ ਇੱਕ ਇਹ ਜਿਹੇ ਹਾਈਵੇ ਤੇ ਜਿਹੜਾ ਕਿ 745 ਕਿਲੋਮੀਟਰ ਲੰਮਾ ਉੱਥੇ ਲਗਭਗ ਹੁਣ 40 ਸਾਲਾਂ ਤੋਂ ਕੁੜੀਆਂ ਲਾਪਤਾ ਹੋ ਰਹੀਆਂ ਨੇ ਜਿਹਨੂੰ ਕਹਿੰਦੇ ਨੇ ਹਾਈਵੇ ਆਫ ਟੀਅਰਸ ਹੰਝੂਆਂ ਦਾ ਜਿੱਥੇ ਕਿ ਕਹਿੰਦੇ ਵੀ ਦਰਿਆ ਕਹਿ ਸਕਦੇ ਆਪਾਂ ਇਹ ਰੋਡ ਜਿੱਥੇ ਕੁੜੀਆਂ ਪਿਛਲੇ 40 ਸਾਲਾਂ ਤੋਂ ਮਰ ਰਹੀਆਂ ਨੇ ਲਾਪਤਾ ਹੋ ਰਹੀਆਂ ਨੇ ਰੇਪ ਕੀਤੇ ਉਹਨਾਂ ਦਾ ਸਾਲ-ਸਾਲ ਬਾਅਦ ਬਾਡੀਆ ਮਿਲਦੀਆਂ ਨੇ ਕਿੱਥੇ ਆ ਕਿਵੇਂ ਆ ਇਹ ਸਾਰੀ ਗੱਲਬਾਤ ਇਹ ਵੀਡੀਓ ਦੇ ਵਿੱਚ ਕਰਾਂਗੇ ਤੇ ਇੱਥੇ ਕੋਈ ਮੈਂ ਬਦਨਾਮ ਨਹੀਂ ਕਰਨ ਲੱਗਿਆ ਪਰ ਤੇ ਸੱਚ ਆ ਇੱਥੇ ਡਾਕੂਮੈਂਟਰੀਆਂ ਬਣ ਚੁੱਕੀਆਂ ਨੇ ਪਰ ਉਹਨਾਂ ਤੇ 50 50000 ਜਾਂ 40 40000 ਵਿਊ ਆ ਕਿੱਥੇ ਪੈਂਦਾ ਹਾਈਵੇ ਕੀ ਗੱਲ ਆ ਸਾਰੀ ਕਦੋਂ ਤੋਂ ਕਿਵੇਂ ਜਿੰਨੀ ਕੁ ਮੈਂ ਬਈ ਸਰਚ ਕਰ ਸਕਦਾ ਸੀ ਮੈਂ ਤੁਹਾਡੇ ਸਾਹਮਣੇ ਪੰਜਾਬੀ ਚ ਰੱਖਣਾ ਚਾਹੁੰਨਾ ਕਿਉਂਕਿ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਤਾਂ ਦੁਨੀਆ ਦਾ ਕਿਹਰੇ ਪੱਖੋਂ ਦੁਨੀਆ ਦਾ ਦੂਜੇ ਨੰਬਰ ਤੇ ਇਹ ਮੁਲਕ ਆ ਆ ਮੈਪ ਦੇਖੋ ਮੈਪ ਦੇ ਵਿੱਚ ਤੁਸੀਂ ਵੈਸੇ ਵੀ ਗੂਗਲ ਦੇ ਸਰਚ ਕਰੋ ਪਾਪੂਲੇਸ਼ਨ ਆਫ ਕੈਨੇਡਾ ਤਾਂ ਸਿਰਫ ਜਿੱਥੇ ਲਾਲ ਲਾਲ ਆ ਉੱਥੇ ਹੀ ਪਾਪੂਲੇਸ਼ਨ ਆ ਬਾਕੀ ਸਾਰਾ ਕੈਨੇਡਾ ਖਾਲੀ ਪਿਆ ਜਿੱਥੇ ਕਿ ਦਰਖਤ ਨੇ ਜੰਗਲ ਆ ਕੱਲਣਾ ਜੇ ਆਪਾਂ ਟ੍ਰਾਂਟੋ ਜੇ ਬੈਠੇ ਆ ਟ੍ਰਾਂਟੋ ਚਲੋ ਠੀਕ ਆ ਬੈਠੇ ਆ ਆਪਾਂ ਬਹੁਤ ਬਿਜੀ ਹਨਾ ਇੱਥੇ ਚਲੋ ਸੇਫਟੀ ਠੀਕ ਆ ਜਦੋਂ ਜਦੋਂ ਆਪਾਂ ਉੱਪਰ ਨੂੰ ਚਾਈ ਜੰਨੇ ਆ ਇਹ ਕਿਉਂਕਿ ਇਹ ਟੱਟ ਦੇ ਨਾਲ ਲੱਗਦਾ ਜਦੋਂ ਆਪਾਂ ਉੱਪਰ ਨੂੰ ਚੱਲਦੇ ਆ ਉੱਪਰ ਦੇ ਕਹਿਨਤ ਪ੍ਰਭ ਜਦੋਂ ਆਪਾਂ ਆ ਨਾਰਥ ਨੂੰ ਕਹੇ ਲੋ ਤਾਂ ਉਹ ਖੇਤ ਪੰਡ ਜੰਗਲ ਚੱਲਪੰਦੇ ਨੇ ਕੋਈ ਵੀ ਸ਼ਹਿਰ ਬਸਿਆ ਹੋਇਆ ਤਾਂ ਸ਼ਹਿਰ ਦਾ ਘੇਰਾ ਜੇ ਮੰਨ ਲਓ 100 ਕਿਲੋਮੀਟਰ ਦਾ ਘੇਰੇ ਸ਼ਹਿਰ ਤੋਂ ਬਾਹਰ ਬਾਰ ਕੁਝ ਨਹੀਂ ਹੁੰਦਾ ਖੇਤ ਹੁੰਦੇ ਨੇ ਜੰਗਲ ਹੁੰਦੇ ਨੇ ਨਾ ਸੋ ਇਹ ਜਿਹੜੇ ਗੱਲ ਕਰੀਏ ਤਾਂ ਜੀ 725 ਕਿਲੋਮੀਟਰ ਲੰਮਾ ਇਹ ਹਾਈਵੇ ਆ ਪ੍ਰਿੰਸ ਜਾਰਜ ਤੋਂ ਲੈ ਕੇ ਪ੍ਰਿੰਸ ਰੂਪੜ ਰੂਪੜ ਤੱਕ ਇਹ ਹਾਈਵੇ ਪੈਂਦਾ ਇਹਦੇ ਵਿੱਚ ਵੱਡੇ ਵੱਡੇ 4-3-4 ਸ਼ਹਿਰ ਪੈਂਦੇ ਆ ਤੇ ਬਾਕੀ ਇਹ ਕਹਿ ਸਕਦੇ ਆ ਵੀ ਗਰੀਬੀ ਵਾਲਾ ਰੇਖਾ ਵਾਲਾ ਕਹਿ ਸਕਦੇ ਆ ਵੀ ਪਿੰਡ ਨੇ ਇੱਥੇ ਕਿਸਾਨ ਨੇ ਮਾਈਨਿੰਗ ਹੁੰਦੀ ਆ ਫਿਸ਼ਿੰਗ ਕਰਦੇ ਆ ਲੋਕ ਹਨ ਤੇ ਕੋਈ ਬਹੁਤਾ ਜ਼ਿਆਦਾ ਮੈਂ ਕਹਿੰਨਾ ਵੀ ਇੰਨਾ ਜ਼ਿਆਦਾ ਵੀ ਸ਼ਹਿਰ ਵੱਟੀਆਂ ਵੱਡੀਆਂ ਇਮਾਰਤਾਂ ਇੱਥੇ ਕੁਛ ਨਹੀਂ ਖੇਤ ਨੇ ਆਮ ਲੋਕ 2017 ਤੋਂ ਪਹਿਲਾਂ ਇੱਥੇ ਕੋਈ ਬੱਸ ਕੋਈ ਟਰਾਂਸਪੋਰਟ ਸਰਵਿਸ ਕੋਈ ਇੰਨੀ ਹੈ ਨਹੀਂ ਸੀ ਉਹਦੇ ਕਰਕੇ ਲੋਕ ਹਿੱਚਹਾਇਕਿੰਗ ਹਿੱਚਹਾਇਕਿੰਗ ਕਹਿ ਸਕਦੇ ਆ ਵੀ ਦੂਜੇ ਲੋਕਾਂ ਤੋਂ ਸਵਾਰੀ ਲੈਣੀ ਹੈ ਨਾ ਰਾਹ ਦੇ ਵਿੱਚ ਖੜਕੇ ਵੀ ਸਾਨੂੰ ਭਾਈ ਉਹ ਥਾਂ ਤੇ ਲੈ ਜਾ ਤੇ ਸਾਰਿਆਂ ਨਾਲ ਵੱਦ ਕਤਲ ਹੋਣ ਵਾਲੀਆਂ ਕੁੜੀਆਂ ਉਹ ਹੈਗੀਆਂ ਨੇ ਇੱਥੋਂ ਦੀਆਂ ਨੇਟਿਵ ਨੇਟਿਵ ਕਹਿਣ ਤੋਂ ਬਾਅਦ ਇੱਥੋਂ ਦੀਆਂ ਜਿਹੜੇ ਪੁਰਾਣੇ ਅਸਲੀ ਕੈਨੇਡਾ ਦੇ ਨੇ ਵੀ ਕੈਨੇਡੀਅਨ ਜਿਹੜੇ ਅਸਲੀ ਮੋਸਟ ਜਿਹੜੇ ਗੋਰੇ ਬਾਅਦ ਚ ਯੂਰੋਪੀਅਨ ਕੈਨੇਡੀਅਨ ਹੋ ਗਏ ਜਾਂ ਆਪੇ ਏਸ਼ੀਅਨ ਹੋ ਗਏ ਜਾਂ ਬਹੁਤ ਲੋਕ ਬਾਹਰਲੇ ਮੂਲ ਦੇ ਆ ਕੇ ਬਸੇ ਨੇ ਜਿਹੜੇ ਇੱਥੋਂ ਦੇ ਅਸਲੀ ਕੈਨੇਡੀਅਨ ਨੇ ਉਹਨਾਂ ਦੀਆਂ ਕੁੜੀਆਂ ਨੂੰ ਹੀ ਜ਼ਿਆਦਾ ਮਾਰਿਆ ਜਾਂਦਾ। ਬੇਸ਼ੱਕ ਆਪਾਂ ਪਿੱਛੇ ਜੇ ਸਕੂਲ ਆ ਜਿਹਦੀ ਕਵਰਾਂ ਨਿਕਲੀਆਂ ਸੀ ਨਾ ਜਿਨ੍ਹਾਂ ਦੇ ਬੱਚਿਆਂ ਨੂੰ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਸੀ ਕੈਨੇਡਾ ਦੇ ਉਹਨਾਂ ਦੇ ਬੱਚਿਆਂ ਦੀਆਂ ਲਾਸ਼ਾਂ ਕਿੰਨੀਆਂ ਨਿਕਲੀਆਂ ਸੀ। ਜਸਟਨ ਟਰੂਡੋ ਜਾਂ ਇਹਨਾਂ ਨੇ ਮਾਫੀ ਜ਼ਰੂਰ ਮੰਗ ਲਈ ਸੀ। ਬਟ ਇੱਥੇ ਜਿਹੜਾ ਜ਼ਿਆਦਾ ਕੁੜੀਆਂ ਦਾ ਕਤਲ ਹੋ ਰਿਹਾ ਉਹ ਸਿਰਫ ਇੱਥੋਂ ਦੀਆਂ ਮੂਲ ਨਿਵਾਸੀ ਕੁੜੀਆਂ ਨੇ ਜੋ ਕਿ ਲੈਫਟ ਮੰਗਦੀਆਂ ਨੇ ਉਹ ਤੋਂ ਬਾਅਦ ਮੁੜ ਕੇ ਨਹੀਂ ਆਉਨੀਆਂ। ਜਿੰਨੀਆਂ ਵੀ ਆਪਾਂ ਜੇ ਮਿਸਿੰਗ ਰਿਪੋਰਟ ਦੇਖ ਲਈਏ ਜਾਂ ਕ੍ਰਾਈਮ ਦੇਖ ਲਈ ਤਾਂ ਵੈਨਕੂਵਰ ਬਹੁਤ ਜਿਆਦਾ ਬੀਜੀ ਸਿਟੀ ਹੈ ਤੇ ਬੀਸੀ ਸਟੇਟ ਹੈਗੀ ਆ ਜਿਹੜੀ ਕਿ ਢਾਈ ਮਿਲੀਅਨ ਲਗਭਗ ਸਵਾ ਮਤਲਬ ਢਾਈ ਕੁ ਮਿਲੀਅਨ ਪਾਪੂਲੇਸ਼ਨ ਹੈ ਜਿਹਦੀ ਸਾਰੇ ਬੀਸੀ ਦੀ ਤੇ ਬਹੁਤ ਜਿਆਦਾ ਇੱਥੇ ਮਿਸਿੰਗ ਰਿਪੋਰਟ ਹੁੰਦੀਆਂ ਨੇ ਸੀਰੀਅਲ ਕਿਲਰ ਵੀ ਇਸੇ ਕਰਕੇ ਕਿਉਂਕਿ ਸਟੇਟ ਵੱਡੀ ਆ ਪਾਪੂਲੇਸ਼ਨ ਜਿਆਦੇ ਆ ਸੋ ਕਿਉਂਕਿ ਨਾਲ ਇਹਦੇ ਝੁਕਾਉਣ ਲੱਗਦਾ ਤੇ ਅਲਾਸਕਾ ਹੋ ਗਿਆ ਅਲਬਰਟਾ ਦਾ ਬਾਰਡਰ ਤੇ ਆਪਣਾ ਨਾਰਥ ਵੈਸਟ ਟੈਰੀਟਰੀ ਤੇ BC ਹੋ ਗਿਆ ਮੈਂ ਵੀ ਗਿਆ ਸੀ ਘੁੰਮਣ ਮੈਂ ਹਾਈਵੇ ਹਨਾ ਵੀ ਜਰ ਜੰਗਲ ਹੀ ਜੰਗਲ ਜੰਗਲ ਹੀ ਜੰਗਲ ਥੋੜਾ ਆਤਾ ਪਤਾ ਨਹੀਂ ਕੁਝ ਨੂੰ ਚੱਕ ਕੇ ਲੈ ਜੇ ਕੁਝ ਨਹੀਂ ਪਤਾ ਸੋ ਇੱਥੇ ਹੀ ਜ਼ਿਆਦਾ ਜਿਹੜਾ ਇਹ ਹਾਈਵੇ ਪੈਂਦਾ ਇਹ ਇੱਥੇ ਪੈਂਦਾ ਜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ 16 ਨੰਬਰ ਹਾਈਵੇ ਬਟ 16 ਨੰਬਰ ਨੂੰ ਕੋਈ ਨਹੀਂ ਜਾਣਦਾ 16 ਨੰਬਰ ਨੂੰ ਇਹਨੂੰ ਕਹਿੰਦੇ ਨੇ हाईवे ऑफ टीयर्स बहुत कुड़िया दी फोटो ਮੱਜ ਵੀ ਲੱਗੀਆਂ ਹੋਈਆਂ ਨੇ ਇੱਥੇ ਬਟ ਨਹੀਂ ਮਿਲਦੀਆਂ ਰੋਮਾਨਾ ਬਿਲਸਨ ਜਿਹੜੀ ਕਿ 24 ਸਾਲਾਂ ਦੀ ਹੁੰਦੀ ਆ 1999 ਦੇ ਵਿੱਚ ਇਹ ਮਿਸਿੰਗ ਹੁੰਦੀ ਆ ਜੀ ਤੇ ਇੱਕ ਅਲਬਰਟਾ ਵਿਲੀਅਮ ਨਾਂ ਦੀ ਕੁੜੀ ਜਿਹੜੀ ਕਿ ਘਰੋਂ ਜਾਂਦੀਆਂ ਨੇ ਪਾਰਟੀ ਤੇ ਜਾਂ ਦੋਸਤਾਂ ਨਾਲ ਬਟ ਮੁੜ ਕੇ ਨਹੀਂ ਆਉਂਦੀਆਂ ਇਹਨਾਂ ਦੀ ਲਾਸ਼ ਇੱਕ ਦੀ ਇੱਕ ਸਾਲ ਬਾਅਦ ਮਿਲਦੀ ਆ ਦੂਜੀ ਦੂਜੀ ਦੀ ਡਿਚ ਵਿੱਚ ਮਿਲਦੀ ਹੈ ਜਿਹਦੇ ਨਾਲ ਕੀ ਜਮਾ ਸਾਲ ਬਾਅਦ ਹਨ ਤੇ ਉਹਦੀ ਪਛਾਣ ਬਾਅਦ ਚ ਇਹ ਹੋਈ ਹੈ ਇਹ ਇਥੋਂ ਦੀਆਂ ਮੂਲ ਨਿਵਾਸੀ ਬੰਦਿਆਂ ਦੀਆਂ ਕੁੜੀਆਂ ਸੀਗੀਆਂ ਜਿਹੜੀ ਰੁਮਾਨਾ ਸੀਗੀ ਉਹ ਵੀ ਇੱਦਾਂ ਮਿਸਿੰਗ ਹੋਈ ਸੀ ਤੇ ਅਲਬਰਟਾ ਵਿਲੀਅਮ ਵੀ ਦੋ ਕੁੜੀਆਂ ਸੀਗੀਆਂ ਇਹ ਪਾਰਟੀ ਤੇ ਚਲੀਆਂ ਸੀ ਉਸ ਤੋਂ ਬਾਅਦ ਦੂਜੀ ਕੁੜੀ ਕਹਿੰਦੀ ਮੈਂ ਤਾਂ ਘਰੇ ਚਲੀਆਂ ਉਹ ਕਹਿੰਦੀ ਮੈਂ ਇੱਕ ਹੋਰ ਪਾਰਟੀ ਅਟੈਂਡ ਕਰਨੀ ਆ ਅਲਬਰਟਾ ਵਿਲੀਅਮ ਕਹਿੰਦੀ ਬਟ ਮੁੜ ਕੇ ਕਦੇ ਨਹੀਂ ਆਈ ਇੱਕ ਸਾਲ ਬਾਅਦ ਹੀ লাশ ਮਿਲਦੀ ਆ ਡਿਚ ਦੇ ਵਿੱਚੋਂ ਉਹ ਵੀ ਕੋਈ ਰਾਹ ਜਾਂਦਾ ਦੇਖ ਲੰਦਾ ਕਿੱਥੇ ਮਿਲਦੀ ਆ ਹਾਈਵੇ ਆਫ ਟਾਇਰ ਦੇ ਬਿਲਕੁਲ ਕੋਲੇ ਹਰ ਵਾਰੀ ਇੱਥੇ ਵੱਖ-ਵੱਖ ਲੋਕਾਂ ਵੱਲੋਂ ਮਜਾਰੇ ਕੀਤੇ ਗਏ ਨੇ ਜਾਂਚ ਕਮੇਟੀ ਬਠਾਈ ਗਈ ਆ ਬੱਟਾ ਰਿਜ਼ਲਟ ਕੁਛ ਨਹੀਂ ਨਿਕਲੋ 2002 ਦੇ ਵਿੱਚ ਇੱਕ ਬੰਦਾ ਫੜਿਆ ਗਿਆ ਸੀਗਾ ਤੁਹਾਨੂੰ ਪਤਾ ਹੀ ਹੁਣ ਆਪਾਂ ਲੇਟੈਸਟ ਵੀਡੀਓ ਕਵਰ ਕੀਤੀ ਆ ਨਾ ਇੱਕ ਬੰਦਾ ਫੜਿਆ ਗਿਆ ਸੀ ਕਿਹੜਾ ਸੀ ਪਿੰਕਟਨ ਜਿਹੜਾ ਸੂਰ ਸੂਰਾਂ ਦੇ ਵਿੱਚ 49 ਬੁੜੀਆਂ ਨੂੰ ਮਾਰ ਕੇ ਨਾ ਸੂਰਾਂ ਦੇ ਵਿੱਚ ਮਿਕਸ ਕਰਕੇ ਲੋਕਾਂ ਨੂੰ ਖਵਾਈ ਗਿਆ ਜਦੋਂ ਬੰਦਾ ਫੜਿਆ ਗਿਆ ਤਾਂ ਬੱਲੇ ਬੱਲੇ ਹੋ ਗਈ ਵੀ ਜਿਹੜਾ ਸੀਰੀਅਲ ਕਿਲਰ ਫਸ ਵੀ ਉਹੀ ਸੀਗਾ ਜਿਹੜਾ ਮਰ ਗਿਆ ਵੀ ਇਹੀ ਫੜਿਆ ਗਿਆ ਵੀ ਇਸ ਬੰਦੇ ਨੇ ਕਿਉਂਕਿ ਨੰਜਾ ਬੁੜੀਆਂ ਇਹਦੇ ਜਦੋਂ ਇਹਦਾ ਜਾ ਕੇ ਫਾਰਮ ਪੱਟਿਆ ਤਾਂ ਉੱਥੇ ਬੱਬੇ ਬੁੜੀਆਂ ਦੇ ਕੰਗਾਲ ਬੜਾ ਕੁਛ ਹਨ ਤਾਂ ਸਾਰੇ ਬੱਲੇ ਬੱਲੇ ਹੋ ਗਈ ਵੀ ਇਹ ਬੰਦਾ ਫੜ ਲਿਆ ਬਟ ਜਦੋਂ ਇਹ ਫੜ ਲਿਆ ਉਸ ਤੋਂ ਬਾਅਦ ਵੀ 2005 ਚ 6 ਚ 7 ਚ 8 ਚ 10 ਚ ਅਣਗਿਣਤ ਕੁੜੀਆਂ ਮਿਸਿੰਗ ਹੋਈਆਂ ਇਹਨਾਂ ਤੇ ਇੱਕ ਬਹੁਤ ਸਭ ਤੋਂ ਵੱਡੀ ਮੋਹਰ ਲਾਈ ਜਾਂਦੀ ਸੀ ਜਿਹੜੀ ਮੈਂ ਵੀ ਕਵਰ ਕੀਤੀ ਆ ਵੀ ਵੈਨਕੂਵਰ ਦੇ ਵਿੱਚ ਡਾਊਨ ਟਾਊਨ ਦੇ ਵਿੱਚ ਇੱਕ ਲੋਅਰ ਟਰੈਕ ਨਾਮ ਦਾ ਇੱਕ ਇੱਕ ਏਰੀਆ ਵਾਜ ਦਾ ਜਿੱਥੇ ਕੁੜੀਆਂ ਘਰੋਂ ਨਿਕਲ ਜਾਂਦੀਆਂ ਨੇ ਡਰੱਗ ਦੇ ਵਿੱਚ ਪੈਂਦੀਆਂ ਨੇ ਤੇ ਉਹ ਸਦਾ ਲੀਕਾ ਦਨ ਕਹਿੰਦੀ ਵੀ ਬਾਏ ਬਾਏ ਉਹ ਮਰਦੀਆਂ ਨੇ ਗਲਦੀਆਂ ਨੇ ਪਤਾ ਨਹੀਂ ਇਹਨਾਂ ਉੱਪਰ ਵੀ ਜਿਹੜੀਆਂ ਕੁੜੀਆਂ ਮਿਸਿੰਗ ਹੁੰਦੀਆਂ ਸਰਕਾਰ ਇਸੇ ਗੱਲੇ ਮੋਹਰ ਲਾ ਕੇ ਛੱਡ ਦਿੰਦੀ ਹੈ ਵੀ ਇਹ ਸੈਕਸ ਵਰਕਰ ਹੋਣਗੀਆਂ ਧੰਦਾ ਕਰਨ ਵਾਲੀਆਂ ਹੋਣਗੀਆਂ ਜਾਂ ਨਸ਼ੇ ਪੱਤੇ ਵਾਲੀਆਂ ਹੋਣਗੀਆਂ ਬਟਰ ਰਿਐਲਿਟੀ ਦੇ ਵਿੱਚ ਇਥੋਂ ਦੇ ਮੂਲ ਨਿਵਾਸੀ ਕਹਿੰਦੇ ਆ ਵੀ ਸਾਡੀਆਂ ਕੁੜੀਆਂ ਚੰਗੀਆਂ ਭਲੀਆਂ ਸੀਗੀਆਂ ਘਰੋਂ ਨਿਕਲੀਆਂ ਨੇ ਲੈਫਟ ਲਈ ਆ ਪਤਾ ਨਹੀਂ ਕਿੱਥੇ ਜੇ ਕਿਤੇ ਕਿ ਸਰਵਿਸ ਤਾਂ ਵੀ ਹੈ ਨਹੀਂ ਸੀ ਟਰਾਂਸਪੋਰਟ ਦੀ ਪਹਿਲਾਂ 2017 ਤੋਂ ਪਹਿਲਾਂ ਫੇ ਮੁੜ ਕੇ ਘਰੇ ਨਹੀਂ ਆਉਨੀਆਂ ਇਸ ਸਰਕਾਰ ਨੇ ਸਰਕਾਰ ਤੇ ਬਹੁਤ ਦਬਾਅ ਸੀਗਾ ਤਾਂ 2005 ਦੇ ਵਿੱਚ ਲੋਕਾਂ ਨੇ ਬਹੁਤ ਜ਼ਿਆਦਾ ਮੁਜ਼ਾਰੇ ਕੀਤੇ ਤਾਂ ਸਰਕਾਰ ਨੇ ਦਬਾਅ ਦੇ ਵਿੱਚ ਆ ਕੇ ਇੱਕ ਈ ਪਾਨਾ ਨਾਂ ਦੀ ਸੰਸਥਾ ਇੱਕ ਇੱਕ ਟੀਮ ਬਣਾਈ ਜਿਹਦੇ ਵਿੱਚ ਸਤੰਨਾਮੇ ਨੰਬਰ ਹਾਈਵੇ 5 ਨੰਬਰ ਹਾਈਵੇ ਜਿਹੜਾ ਕਿ 5 ਨੰਬਰ ਟਰੱਕਾਂ ਵਾਲੇ ਬਹੁਤ ਯੂਜ਼ ਕਰਦੇ ਹਨ ਤੇ 16 ਨੰਬਰ ਹਾਈਵੇ ਉਹ ਉਸ ਦੇ ਆਸ-ਪਾਸ ਜਿਹੜੀਆਂ ਕੁੜੀਆਂ ਮਿਸਿੰਗ ਹੁੰਦੀਆਂ ਸੀ ਉੱਥੇ 9 ਬੰਦੇ ਨੇ ਟੀਮ ਬਣਾਈ ਜਿਹੜੀ ਕਿ 2007 ਦੇ ਵਿੱਚ ਉਹ ਵਧਾ ਕੇ 18 ਕਰਤੀ ਉਹਨਾਂ ਨੇ ਸਿਰਫ 13 ਮਰਡਰ ਕੁੜੀਆਂ ਦੀ ਤੇ 5 ਮਿਸਿੰਗ ਕੁੜੀਆਂ ਨੂੰ ਹੀ ਦਰਜ ਕਰਾਇਆ ਵੀ ਇਹ ਕੁੜੀਆਂ ਇੱਥੇ ਮਿਲੀਆਂ ਨੇ ਬਟ ਰਿਐਲਿਟੀ ਦੇ ਵਿੱਚ ਗਿਣਤੀ 100 ਤੋਂ ਪਲੱਸ ਸੀਗੀ ਇਸ ਕਮੇਟੀ ਨੇ ਵੀ ਕੀ ਕਰਨਾ ਸੀਗਾ ਜਾਂਚ ਪੜਤਾਲ ਕੀਤੀ ਬਟ ਸਟਿਲ ਮਰਡਰ ਹੋਈਗੇ। ਉਹਦੇ ਬਾਅਦ 2019 ਦੇ ਵਿੱਚ ਜਸਟਨ ਟਰੂਡੋ ਨੇ ਕਿਹਾ ਵੀ ਜਿਹੜੀਆਂ ਇਹ ਵੀ ਮੈਂ ਮੰਨਦਾ ਹੁਣ ਤੱਕ ਬਾਕੀ ਲੋਕਾਂ ਨੇ ਧਿਆਨ ਨਹੀਂ ਤਾਂ ਮੈਂ ਧਿਆਨ ਦਊਂਗਾ ਵੀ ਜਿਹੜੀਆਂ ਵੀ ਇਹ ਮਿਸਿੰਗ ਰਿਪੋਰਟ ਨੇ ਜਿਹੜੀਆਂ ਕਿ ਫਾਈਲਾਂ ਪਈਆਂ ਨੇ ਵੀ ਹੁਣ ਇਦਾਂ ਫਾਈਲਾਂ ਨਹੀਂ ਪੜਕੇ ਰਹਿਣਗੀਆਂ ਇਨਕੁਆਰੀ ਕਰਾਂਗੇ ਦੀ ਬਹੁਤ ਜ਼ਿਆਦੇ ਟੀਮਾਂ ਬਣਾਵਾਂਗੇ ਇਹ ਕਰਾਂਗੇ ਬਟ ਸਟਿਲ ਮਿਸਿੰਗ ਨਹੀਂ ਰੁਕ ਰਹੀ। ਜਿਹੜਾ ਮੇਰਾ ਵੀਰ 16 ਨੰਬਰ ਹਾਈਵੇ ਤੇ ਲੰਘਦਾ ਸਰਚ ਵੀ ਕਰ ਲਿਓ ਪਰਹੇਜ਼ ਕਰਿਓ ਪਹਿਲੀ ਗੱਲ ਤਾਂ ਰਾਤ ਬਰਾਤੇ ਨਿਕਲਣ ਦੀ ਕੋਸ਼ਿਸ਼ ਨਾ ਕਰਿਓ ਕੈਨੇਡਾ ਅਮਰੀਕਾ ਦੇ ਵਿੱਚ ਬਹੁਤ ਇਦਾਂ ਦੇ ਹਾਈਵੇ ਜਿਹੜੇ ਕਿ ਸੁੰਨੇ ਬਹੁਤ ਨੇ ਜੇ ਆਪਾਂ 87 ਨੰਬਰ ਹਾਈਵੇ ਦੀ ਗੱਲ ਕਰੀਏ 91 ਨੰਬਰ ਹਾਈਵੇ ਦੀ ਗੱਲ ਕਰੀਏ ਜਿਹੜਾ ਮੌਂਟਰੀਅਲ ਤੋਂ ਨਿਊਯਾਰਕ ਨੂੰ ਜਾਂਦਾ ਤੇ ਹਨਾ ਤੁਹਾਨੂੰ ਪਤਾ ਹੀ ਹੈ ਜਿਹੜੇ ਟਰੱਕਾਂ ਚ ਆਉਂਦੇ ਆ ਮੈਂ ਵੀ ਉਸ ਹਾਈਵੇ ਤੇ ਗਿਆ ਹੋਇਆ ਹਾਂ ਤੁਸੀਂ ਨੋਟ ਕਰੋਗੇ ਵੀ 87 ਨੰਬਰ ਹਾਈਵੇ ਦੇ ਉੱਪਰ ਜਦੋਂ ਆਪਾਂ ਲਵੇਨੀ ਵਾਲੇ ਪਾਸੇ ਆਉਨੇ ਆ ਕੈਨੇਡਾ ਵਾਲੇ ਪਾਸੇ ਨੂੰ ਜਿੱਥੇ 15 ਨੰਬਰ ਹਾਈਵੇ ਤੇ ਜਾ ਕੇ ਰਲ ਜਾਂਦਾ ਤਾਂ ਬਈ ਜੰਗਲੀ ਨੇ ਕੁਝ ਵੀ ਨਹੀਂ ਹੈਗਾ ਮੈਂ ਆਪ ਇੱਕ ਵਾਰੀ ਟਰੱਕ ਲੈ ਕੇ ਨਾ ਉੱਥੇ ਚ ਗਿਆ ਤਾਂ ਉੱਥੇ ਬਾਰਡਰ ਦੇ ਉੱਪਰ ਵੀ ਮਿਸਿੰਗ ਬਹੁਤ ਕੁੜੀਆਂ ਦੀ ਮੁੰਡਿਆਂ ਦੀ ਫੋਟੋਆਂ ਲੱਗੀਆਂ ਨੇ ਕਿਉਂਕਿ ਉਧਰ ਹੈ ਹੀ ਕੁਝ ਨਹੀਂ ਤੇ 91 ਨੰਬਰ ਹਾਈਵੇ ਹੋ ਗਿਆ ਜਾਂ ਮੇਨ ਵਾਲਾ ਇਲਾਕਾ ਹੋ ਗਿਆ ਅਮਰੀਕਾ ਦੀ ਜਿਹੜੀ ਸਟੇਟ ਮੇਨ ਬਹੁਤ ਮੈਂ ਰਾਤ ਬਰਾਤੇ ਹੁਣ ਮੈਂ ਸੋਚਦਾ ਨਾ ਵੀ ਰਾਤ ਨੂੰ ਕਿਵੇਂ ਸਫਰ ਕਰਦਾ ਸੀ ਨਾ ਉੱਥੇ ਮੈਂ ਹੈ ਹੀ ਕੁਝ ਨਹੀਂ ਬਾਈ ਜੰਗਲੀ ਜੰਗਲ ਨੇ ਯਾਰ ਸਪ੍ਰੇਜੇ ਕਰਨਾ ਬਾਈ ਟਰੱਕ ਉਥੇ ਲਾਉਣਾ ਜਿੱਥੇ 10 ਟਰੱਕ ਖੜੇ ਹੋਣ ਆਪ ਦਾ ਸੀ ਵੀ ਰੇਡੀਓ ਸੀ ਵੀ ਰੇਡੀਓ ਹਮੇਸ਼ਾ ਮੇਰੇ ਦੂਜੇ ਟਰੱਕ ਚ ਹਮੇਸ਼ਾ ਹੁੰਦਾ ਸੀ ਤੇ ਆਟੋ ਟਰੱਕ ਦੇ ਵਿੱਚ ਹੈ ਨਹੀਂ ਆਟੋ ਟਰੱਕ ਦੇ ਵਿੱਚ ਸੀ ਵੀ ਰੇਡੀਓ ਅੱਜ ਕੱਲ ਨਹੀਂ ਹੁੰਦੀ ਪਰ ਤੁਸੀਂ ਪੀਟਰ ਵੈਲਟ ਟਰੱਕਾਂ ਚ ਸੀ ਵੀ ਰੇਡੀਓ ਕਿਉਂ ਹੁੰਦਾ ਆਸੇ ਪਾਸੇ 5-6 ਕਿਲੋਮੀਟਰ ਦੀ ਰੇਂਜ ਦੇ ਵਿੱਚ ਵੱਧ ਕਿਲੋਮੀਟਰ ਦੀ ਰੇਂਜ ਵਿੱਚ ਉਹ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਜੇ ਤੁਹਾਡੇ ਫੋਨ ਤੇ ਨੈਟਵਰਕ ਹੈ ਨਹੀਂ ਫੋਨ ਚਾਰਜ ਰੱਖਿਆ ਕਰੋ ਬਾਈ ਆਪ ਦਾ ਲੋਕ ਲੂਕ ਲਾ ਕੇ ਟਰੱਕਾਂ ਡਰਾਉਂਦਾ ਨਹੀਂ ਹੈਗਾ ਪਰ ਕਦੇ ਵੀ ਰਿਸਕ ਨਾ ਲਓ ਸੁੰਨੇ ਥਾਂ ਤੇ ਟਰੱਕ پارک ਕਰਨ ਦਾ ਨਾ ਜਾਂ ਰਾਤ ਬਰਾਤੇ ਇਹ ਚਾਈਕਿੰਗ ਕਰਨੀ ਆ ਕਿਉਂਕਿ ਜ਼ਿਆਦਾਤਰ ਇੱਥੇ ਮੈਂ ਕਲਚਰ ਆ ਵੀ 11 ਸਾਲਾਂ ਦੀ ਕੁੜੀ ਹੋ ਜਾਂਦੀ ਉਹ ਕਹਿੰਦੀ ਆ ਪਾਰਟੀਆਂ 'ਚ ਜਾਣਾ ਦੋਸਤਾਂ ਮਿੱਤਰਾਂ ਨਾਲ ਤੇ ਕਿਹੜਾ ਮੈਨੂੰ ਜ਼ਿਆਦਾ ਆ ਹਮਿਲਟਨ ਮੈਂ ਕਿਤਾਬ 'ਚ ਵੀ ਲਿਖਿਆ ਉਹਦੇ 'ਚ ਹਮਿਲਟਨ ਸ਼ਹਿਰ ਤੋਂ ਕੁੜੀਆਂ ਚੱਕੀਆਂ ਸੀਗੀਆਂ ਜਿਹੜੀਆਂ ਕਿ ਰਾਤ ਨੂੰ ਘਰੋਂ ਨਿਕਲੀਆਂ ਸੀ ਸਾਰਿਆਂ ਦੀ ਏਜ ਕੋਈ 11 13 14 15 ਦੀ ਹੋਊਗੀ ਸਾਰੇ ਹੈਗੀਆਂ ਵੀ ਗੱਡੀ 'ਚ ਚਾਰ ਬੰਦੇ ਬੈਠ ਸਕਦੇ ਨੇ ਉਹ 6 ਸੀਗੀਆਂ ਤੇ ਬੈਗਿਆਂ ਤੱਕ ਇਹ ਨਾਲ ਲੜਨ ਉਹ ਤੋਂ ਮੈਂ ਨਵਾਂ ਨਵਾਂ ਸੀ ਬਿਠਾ ਲਿਆ ਹੁਣ ਤਾਂ ਬਠਿਆ ਆ ਮੈਂ ਕਿਉਂਕਿ ਉਹ ਡੱਕੀਆਂ ਸੀਗੀਆਂ ਉਹਨੂੰ ਕੁਛ ਉਹਨਾਂ ਦਾ ਮੈਂ ਆਪਣੀ ਗੋਲੀ ਮਾਰਦਾ ਸੋ ਟੈਕਸੀ ਡਰਾਈਵਰ ਵੀ ਜਿਹੜੇ ਹੈਗੇ ਨੇ ਉਹ ਕਹਿੰਦੇ ਵੀ ਬਹੁਤ ਲੋਕ ਇੱਥੇ ਹੋਮਲੈਸ ਚੜਦੇ ਸਾਡੇ ਨਾਲ ਬਹੁਤ ਸਾਨੂੰ ਕੀ ਪਤਾ ਕੌਣ ਕਿਵੇਂ ਆ ਸਾਨੂੰ ਰਾਹ ਚ ਖੜਾ ਕੇ ਮਾਰੇ ਖਬਰਾਂ ਕੌਣ ਹੈ ਅਜੇ ਤੱਕ ਇਸ ਚੀਜ਼ ਦਾ ਪਤਾ ਨਹੀਂ ਲੱਗਿਆ ਸੋ ਜੇ ਪੱਕਾ ਕੈਨੇਡਾ ਅਮਰੀਕਾ ਦੀ ਗੱਲ ਕਰੀਏ ਬਹੁਤ ਸੁੰਨੇ ਹਾਈਵੇ ਨੇ ਬਹੁਤ ਖਾਲੀ ਵੀ ਪਿਆ ਬਾਈ ਉੱਥੇ ਜੰਗਲੀ ਜੰਗਲ ਨੇ ਸੋ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਕੀ ਅੱਜ ਦੀ ਇਹ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਮੈਂ ਐਡ ਕਰਨੀ ਸੀ ਇਹ ਸੱਚ ਹੈ ਵੀ ਕੈਨੇਡਾ ਦਾ ਵੀ ਲਗਭਗ ਜੇ ਆਪਾਂ ਗੱਲ ਕਰੀਏ 600 ਤੋਂ ਪਲੱਸ ਕੁੜੀਆਂ ਮਿਸਿੰਗ ਹੋ ਜਾਂਦੀਆਂ ਨੇ ਹਰ ਸਾਲ ਤੇ ਮੈਨੂੰ ਊਮਨ ਸੇਫਟੀ ਨੂੰ ਲੈ ਕੇ ਹਰ ਕੋਈ ਪੁੱਛਦਾ ਇਹ ਹਰ ਕੋਈ ਇਲਾਕਾ ਨਹੀਂ ਲੱਗ ਕੇ ਹੁਣ ਜਿੱਥੇ ਆਪਾਂ ਮੂਰਖਤਾ ਕਰ ਰਹੇ ਹਾਂ ਰਾਤ ਬਰਾਤੇ ਨਿਕਲ ਰਹੇ ਹਾਂ ਨਾ ਵੀ ਕਿਸੇ ਤੋਂ ਲੈਫਟ ਲੈ ਲਈ ਕਿਸੇ ਦੇ ਵਿੱਚ ਗੀਨ ਕਰ ਲਿਆ ਜਿਵੇਂ ਆ ਤਾਂ ਬਿਜੀ ਏਰੀਆ ਬ੍ਰੈਂਟਨ ਬ੍ਰੈਂਟਨ ਜਾਂ ਟੋਰਾਂਟੋ ਹੁਣ ਜਿੱਥੇ ਜਿਹੜੇ ਪਿੰਡ ਨੇ ਜਮਾ ਉੱਥੇ ਰਾਤ ਬਰਾਤੇ ਕੰਮ ਤੇ ਜਾਣਾ ਜਾਂ ਰਾਤ ਬਰਾਤੇ ਆਪਾਂ ਕਹਿੰਦੇ ਨੇ ਵੀ ਇਹ ਜਿਹੜਾ ਟ੍ਰੈਂਡ ਹੈ ਚਾਈਕਿੰਗ ਕਰਨ ਦਾ ਵੀ ਮੈਂ ਲਿਫਟ ਲੈ ਕੇ ਜਾਣਾ ਇਹ ਚਾਈਕਿੰਗ ਤੇ ਬਹੁਤ ਸਟੋਰੀਆਂ ਨੇ ਬਹੁਤ ਮੂਵੀ ਬਣੀਆਂ ਨੇ ਇਹ ਚਾਈਕਿੰਗ ਕਰਕੇ ਕਿਸੇ ਕੁੜੀ ਨੂੰ ਕਡਨਾਪ ਕਰ ਲਿਆ ਸੋ ਬੜੀ ਲੰਮੀ ਲੈ ਕੇ ਜਾਣੀ ਤੁਸੀਂ ਬੋਰ ਨਾ ਹੋ ਜਾਓ ਬਾਈ ਤੇ ਮੈਂ ਅਸਕਰੂਗਾ ਤੁਸੀਂ ਇਹ ਵੀਡੀਓ ਸ਼ੇਅਰ ਕਰੋ ਕਿਸੇ ਦੀ ਨਾ ਇਹ ਕਹਨਾ ਉਸ ਹਾਈਵੇ ਜਾਣ ਤੋਂ ਵੀ ਵਰਡ ਕਰੇ ਤੇ ਆਪਣੀ ਵੀਡੀਓ ਨਾਲ ਜੇ ਕਿਸੇ ਦੀ ਜਾਣ ਵਾਜਦੀ ਆ ਬਹੁਤ ਵਧੀਆ ਹਨਾ ਤੇ ਵੀਡੀਓ ਸ਼ੇਅਰ ਕਰਦੇ ਮਹਾਰਾਜ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਇਹਨੂੰ ਮੈਂ YouTube ਤੇ Instagram TikTok Spotify ਤੇ ਸਾਰੇ ਕਿਤੇ ਪਾਉਂਗਾ ਤਾਂ ਕਿ ਇਹ ਇਨਫਾਰਮੇਸ਼ਨ ਪੰਜਾਬੀਆਂ ਦੇ ਵਿੱਚ ਜਾਵੇ ਤੇ ਸਾਡੀ ਕਮਿਊਨਿਟੀ ਵੀ ਬਹੁਤ थैंक यू ਉਸ ਵੀਰ ਦਾ ਜਿਨੇ ਮੈਨੂੰ ਇਸ ਬਾਰੇ ਬੋਲਣ ਨੂੰ ਕਿਹਾ ਸੀ ਹੈਰੀ ਵਾਈਆ ਤੇ ਉਹ ਆਪਣੇ BC ਤੋਂ ਨੇ ਤੇ ਉਹਨਾਂ ਨੇ ਮੈਨੂੰ ਭੇਜੀ ਸੀਗੀ ਤੇ ਬਾਈ ਕਹਿੰਦਾ ਵੀ ਇਸ ਬਾਰੇ ਬੋਲ ਲੋ ਉਹ ਬਾਈ ਨੇ ਜਿੱਦਾਂ ਕਿਹਾ ਇੱਥੇ ਕਹਿ ਦਿੰਦੇ ਨੇ ਵੀ ਟਰੱਕ ਡਰਾਈਵਰ ਵੀ ਬਹੁਤ ਮਿਸਿੰਗ ਨੇ ਬਟ ਮੈਨੂੰ ਟਰੱਕ ਡਰਾਈਵਰ ਦੀ ਕੋਈ ਮਿਸਿੰਗ ਹੋਣ ਦੀ ਕੋਈ ਰਿਪੋਰਟ ਨਹੀਂ ਮਿਲੀ ਸਿਰਫ ਕੁੜੀਆਂ ਨੇ ਜੋ ਕਿ ਇਥੋਂ ਦੇ ਮੂਲ ਨਿਵਾਸੀ ਸੀ ਮਿਲਦਾ ਕਿਸੇ ਹੋਰ ਵੀਡੀਓ ਦੇ ਵਿੱਚ ਬਾਈ ਤੇ ਆਸ ਕਰਦੇ ਆ ਜਲਦੀ ਉਹਦੇ ਬੀਤੇ ਵੀ ਲੈ ਕੇ ਆਉਂਗਾ ਜਿਹੜੇ ਕਿ ਇਥੋਂ ਦੇ ਬੱਚਿਆਂ ਨਾਲ ਜਿਹੜਾ ਸਕੂਲਾਂ ਦੇ ਵਿੱਚ ਧੱਕਾ ਹੋਇਆ ਸੀ ਜਿਹੜੇ ਇਥੋਂ ਦੇ ਮੂਲ ਨਿਵਾਸੀ ਸੀ ਉਹਦੇ ਬਾਰੇ ਵੀ ਵੀਡੀਓ ਬਣਾਵਾਂਗੇ ਮਿਲਦਾ ਕਿਸੇ ਹੋਰ ਵੀਡੀਓ ਦੇ ਵਿੱਚ